ਸਲੋ ਮੇਰੇ ਨਾਲ ਬੜੇ ਹੀ ਮੰਨੇ ਪ੍ਰਮੰਨੇ ਪੱਤਰਕਾਰ ਪ੍ਰਭਜੋਤ ਸਿੰਘ ਹੋਰੀ ਲਾਈਨ ਦੇ ਉੱਤੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਅੱਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਇਸ ਗੁਰਗੱਦੀ ਦਿਵਸ ਦੇ ਮੌਕੇ ਦੇ ਉੱਤੇ ਇੱਕ ਬਿਆਨ ਦਿੱਤਾ ਹੈ ਔਰ ਕਈ ਵਾਰੀ ਸਾਡੇ ਜਥੇਦਾਰ ਕੋਈ ਐਸਾ ਬਿਆਨ ਦੇ ਬੈਠਦੇ ਹੈ ਐਸੀ ਗੱਲ ਕਹਿ ਬੈਠਦੇ ਹੈ ਜਿਹਦੇ ਉਹ ਬਹੁਤੇ ਕਾਨਸੀਕੁਐਂਸਿਸ ਨੂੰ ਜਾਂ ਤਾਂ ਅੰਡਰਸਟੈਂਡ ਨਹੀਂ ਕਰਦੇ ਇਗਨੋਰ ਕਰ ਦਿੰਦੇ ਹੈ ਪਰ ਬਹੁਤ ਵੱਡੀ ਇਹ ਪੋਸਟ ਹੈ ਬੜੀ ਵੱਡੀ ਹੈ ਜਿਹੜੀ ਇਹ ਤਖਤ ਹੈ ਸਭ ਤੋਂ ਦੁਨੀਆ ਦਾ ਸਰਵੋੱਚ ਤਖਤ ਹੈ ਸਿੱਖਾਂ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਔਰ ਉਸਦੇ ਜਥੇਦਾਰ ਦਾ ਇੱਕ ਇੱਕ ਸ਼ਬਦ ਬਿਆਨ ਉਹਨਾਂ ਦਾ ਕੋਈ ਵੀ ਹੋਵੇ ਬੜਾ ਉਹਦਾ ਮਹੱਤਵ ਹੈ ਪਰ ਪਿਛਲੇ ਸਮਿਆਂ ਦੇ ਵਿੱਚ ਬੜੇ ਅਫਸੋਸ ਦੀ ਗੱਲ ਹੈ ਕਿ ਸਮੇਂ ਸਮੇਂ ਸਿਰ ਵਿਦਾਂਤੀ ਸਾਹਿਬ ਵਰਗੇ ਕਈ ਤਰ੍ਹਾਂ ਦੇ ਜਥੇਦਾਰ ਜਿਹੜੇ ਤੈਨਾਤ ਕੀਤੇ ਗਏ ਕਿਵੇਂ ਲਗਾਏ ਗਏ ਕਿਵੇਂ ਹਟਾਏ ਗਏ ਇੱਕ ਮਜ਼ਾਕ ਬਣ ਕੇ ਸਾਰਾ ਜਿਹੜੀ ਸਾਰੀ ਪ੍ਰਕਿਰਿਆ ਉਹ ਰਹਿ ਗਈ ਹੈ ਅੱਜ ਦਾ ਉਹਨਾਂ ਦਾ ਕੀ ਬਿਆਨ ਹੈ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਪ੍ਰਭਜੋਤ ਸਿੰਘ ਹੋਣਾ ਪ੍ਰਭਜੋਤ ਜੀ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰੀ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਛਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਬਿਆਨ ਤੇ ਆ ਗਿਆ ਨਾਲ ਨਾਲ ਭਗਵੰਤ ਮਾਨ ਹੋਣਾ ਦਾ ਬਿਆਨ ਆ ਗਿਆ ਉਹਨਾਂ ਨੇ ਕਿਹਾ ਜੀ ਕਿ ਬੜਾ ਮੰਦ ਭਾਗਾ ਬਿਆਨ ਹੈ ਸਰਬੱਤ ਦੇ ਭਲੇ ਦੇ ਲਈ ਮਾਨਵਤਾ ਦੇ ਅਮਨ ਚੈਨ ਦੇ ਲਈ ਸੰਦੇਸ਼ ਦੇਣਾ ਚਾਹੀਦਾ ਸੀ ਜਥੇਦਾਰ ਸਾਹਿਬ ਨੂੰ ਨਾ ਕਿ ਹਥਿਆਰਾਂ ਨੂੰ ਗਲੋਰੀਫਾਈ ਕਰਨਾ ਚਾਹੀਦਾ ਹੁਣੇ ਹੁਣੇ ਬਿਆਨ ਮੈਂ ਦੇਖਿਆ ਰਾਜਾ ਵੜਿੰਗ ਦਾ ਆਇਆ ਜਿਹੜੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਹੈ ਉਹ ਤੇ ਇਹ ਮੰਗ ਕਰ ਰਿਹਾ ਕਿ ਜਥੇਦਾਰ ਸਾਹਿਬ ਨੂੰ ਤੁਰੰਤ ਹਟਾ ਦਿੱਤਾ ਜਾਵੇ ਅਹੁਦੇ ਤੋਂ ਐਡਾ ਗੈਰ ਜ਼ਿੰਮੇਵਾਰਾਂ ਦਾ ਬਿਆਨ ਹੈ ਸੋ ਨੋ ਡਾਊਟ ਜਥੇਦਾਰ ਸਾਹਿਬ ਬੜੀ ਵੱਡੀ ਹਸਤੀ ਨੇ ਪਰ ਇੱਕ ਪਾਸੇ ਅਸੀਂ ਦੋਸ਼ ਲਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਸਾਡਾ ਯੂਥ ਹੈ ਉਹਦਾ ਜਿਹੜਾ ਰੁਝਾਨ ਹੈ ਉਹ ਅਸੀਂ ਗਾਣਿਆਂ 'ਚ ਵੀ ਦੇਖਦੇ ਹਾਂ ਕਿਸ ਤਰ੍ਹਾਂ ਗਨ ਵਾਇਲੈਂਸ ਨੂੰ ਗਨ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਅਸੀਂ ਯੂਥ ਨੂੰ ਵਰਜਦੇ ਹਾਂ ਬਾਰ ਬਾਰ ਅਪੀਲਾਂ ਕੀਤੀਆਂ ਜਾ ਰਹੀਆਂ ਕਿ ਤੁਸੀਂ ਜਿਹੜਾ ਹੈ ਇਸ ਤਰ੍ਹਾਂ ਦੇ ਗਾਣਿਆਂ ਨੂੰ ਬੰਦ ਕਰੋ ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਸ ਤਰ੍ਹਾਂ ਗਲੋਰੀਫਾਈ ਕਰਨਾ ਕਿ ਹਥਿਆਰ ਰੱਖੋ ਘਰ ਦੇ ਵਿੱਚ ਕੀ ਉਹ ਸੈਲਫ ਡਿਫੈਂਸ ਲਈ ਹਥਿਆਰ ਹੋਣਗੇ ਜੇ ਹਥਿਆਰ ਪਿਆ ਤਾਂ ਕੌਣ ਚਲਾਏਗਾ ਉਹਨਾਂ ਹਥਿਆਰਾਂ ਨੂੰ ਔਰ ਜੇ ਚੱਲ ਜਾਣਗੇ ਹਥਿਆਰ ਤਾਂ ਕੀ ਉਹ ਫਿਰ ਨੁਕਸਾਨ ਹੀ ਕਰਨਗੇ ਉਹਨਾਂ 'ਚੋਂ ਕੋਈ ਅੰਨ ਤਾਂ ਉੱਗਣਾ ਨਹੀਂ ਜੇ ਤੁਸੀਂ ਹਥਿਆਰ ਵਰਤੋਗੇ ਕੋਈ ਚੰਗੀ ਚੀਜ਼ ਤਾਂ ਬਾਹਰ ਨਿਕਲੀ ਨਹੀਂ ਗੋਲੀਆਂ ਨਿਕਲਣਗੀਆਂ ਇਹ ਜਿਹੜਾ ਹਥਿਆਰ ਦਾ ਜਿਹੜਾ ਕਲਚਰ ਹੈ ਆਲਰੇਡੀ ਪੰਜਾਬ ਦਾ ਇਹਨਾਂ ਨੁਕਸਾਨ ਹੋ ਚੁੱਕਿਆ ਹੈ ਪ੍ਰਭਜੋਤ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਬਹੁਤ ਮੈਨੂੰ ਹੈਰਾਨਗੀ ਹੋਈ ਇਸ ਬਿਆਨ ਸੁਣ ਕੇ ਜਥੇਦਾਰ ਸਾਹਿਬ ਦਾ ਕਿ ਸ਼ਸਤਰਧਾਰੀ ਹੋਵੋ ਤੇ ਸ਼ਸਤਰਧਾਰੀ ਦੇ ਨਾਲ ਨਾਲ ਜਿਹੜੇ ਮਾਡਰਨ ਆਰਮਾਮੈਂਟ ਹੈ ਜਿਵੇਂ ਜਿਹੜਾ ਅਮਨੂਸ਼ਨ ਜਿਸ ਯੂਜ਼ ਹੁੰਦਾ ਉਹ ਵੀ ਲਾਇਸੈਂਸ ਲੈ ਕੇ ਉਹ ਵੀ ਰੱਖਣ ਦੀ ਕੋਸ਼ਿਸ਼ ਕਰੋ ਦੇਖੋ ਮੈਂ ਇਹ ਗੱਲ ਤਾਂ ਬਿਲਕੁਲ ਮੰਨਦਾ ਆ ਕਿ ਗੁਰੂ ਗੋਬਿੰਦ ਸਿੰਘ ਹੋਰਾਂ ਨੇ ਸਾਨੂੰ ਇੱਕ ਸੰਤ ਸਿਪਾਹੀ ਦਾ ਮੈਸੇਜ ਦਿੱਤਾ ਜੀ ਪਰ ਉਹਨਾਂ ਨੇ ਕਦੇ ਵੀ ਨਹੀਂ ਕਿਹਾ ਉਹਨਾਂ ਨੇ ਕਿਹਾ ਨਾ ਜ਼ੁਲਮ ਕਰੋ ਤੇ ਨਾ ਜ਼ੁਲਮ ਹੋਣ ਦਿਓ ਜੀ ਠੀਕ ਹੈ ਇਹ ਗੱਲ ਇੱਥੋਂ ਤੱਕ ਠੀਕ ਸੀ ਔਰ ਉਹਦੇ ਨਾਲ ਜਿਹੜੇ ਸਾਡੇ ਟ੍ਰੈਡੀਸ਼ਨਲ ਸਾਡੇ ਕੋਲ ਹਥਿਆਰ ਸੀ ਕਿਰਪਾਨ ਸ੍ਰੀ ਸਾਹਿਬ ਜੀ ਨੂੰ ਕਹਿੰਦੇ ਆ ਜਾਂ ਛੋਟੀ ਕਿਰਪਾਨ ਜਿਵੇਂ ਅੰਮ੍ਰਿਤਧਾਰੀ ਚੱਕ ਲੈਂਦੇ ਹਾਂ ਤਾਂ ਇੱਕ ਵੈਪਨ ਇੱਕ ਟੋਕਨ ਇੱਕ ਸਿੰਬੋਲਿਕ ਸੀ ਕਿ ਸਿੱਖ ਵਿੱਚ ਆਪਣਾ ਆਤਮ ਵਿਸ਼ਵਾਸ ਬਣਿਆ ਰਵੇ ਔਰ ਆਪਣੇ ਸੈਲਫ ਡਿਫੈਂਸ ਦੇ ਕੋਲ ਹਥਿਆਰ ਹੋਵੇ ਪਰ ਇਹਦਾ ਮਤਲਬ ਇਹ ਨਹੀਂ ਕਿ ਆਉਂਦੇ ਮਾਹੌਲ ਵਿੱਚ ਤੁਸੀਂ ਗੰਨਾ ਤੇ ਪਿਸਤੌਲਾਂ ਤੇ ਰਿਵਾਲਵਰ ਆਦਿ ਲਾਇਸੈਂਸ ਲੈ ਕੇ ਵੈਪਨ ਲੈ ਕੇ ਸਿਰਫ ਇਹ ਦੱਸਣ ਲਈ ਕਿ ਅਸੀਂ ਲੜਨ ਮਰਨ ਨੂੰ ਤਿਆਰ ਆ ਸਿੱਖਾਂ ਦਾ ਕੰਮ ਕਦੇ ਵੀ ਇਸ ਤਰ੍ਹਾਂ ਦਾ ਲੜਨ ਮਰਨ ਦਾ ਨਹੀਂ ਹੋਇਆ ਨਾ ਹੀ ਉਹ ਕਦੇ ਅਟੈਕਿੰਗ ਹੋਏ ਉਹਨਾਂ ਨੇ ਹਮੇਸ਼ਾ ਜ਼ੁਲਮ ਦਾ ਮੁਕਾਬਲਾ ਕੀਤਾ ਪਰ ਆਪ ਕਦੇ ਇਸ ਤਰ੍ਹਾਂ ਦੀ ਜਿਹੜੀ ਮੈਸੇਜ ਜਿਹੜਾ ਇਸ ਤਰ੍ਹਾਂ ਦਾ ਹਥਿਆਰ ਦੇਣਾ ਜਾਂ ਹਥਿਆਰ ਲੈ ਕੇ ਆਪਣੇ ਆਪ ਨੂੰ ਲੈਸ ਕਰਨਾ ਮੈਨੂੰ ਲੱਗਦਾ ਕਿ ਬਹੁਤ ਮੰਦ ਭਾਗਾ ਔਰ ਸ਼ਾਇਦ ਇਹ ਜਿਹੜੇ ਗੁਰੂ ਸਾਹਿਬਾਂ ਦੀ ਜਿਹੜੀ ਸੁਨੇਹਾ ਸੀ ਮੈਸੇਜ ਸੀ ਕਿ ਸੰਤ ਸਿਪਾਹੀ ਬਣਨਾ ਇੱਕ ਚੰਗੇ ਸੰਤ ਸਿਪਾਹੀ ਦਾ ਮਤਲਬ ਇਹੀ ਹੁੰਦਾ ਕਿ ਤੁਸੀਂ ਆਪਣੇ ਨਿਸ਼ਚੇ ਦੇ ਪੱਕੇ ਰਹੋ ਜੇ ਤੁਹਾਡੇ ਦੇ ਜ਼ੁਲਮ ਹੋਣਾ ਤਾਂ ਉਹਦਾ ਮੁਕਾਬਲਾ ਕਰ ਸਕੋ ਨਾ ਕਿ ਤੁਸੀਂ ਹਥਿਆਰ ਲੈ ਕੇ ਤਿਆਰ ਹੋਵੋ ਮੁਕਾਬਲਾ ਕਿਸੇ ਤੇ ਹਮਲਾ ਕਰਨ ਲਈ ਇਹ ਬਿਲਕੁਲ ਉਹਦੀ ਰੋਂਗ ਇੰਟਰਪ੍ਰਟੇਸ਼ਨ ਦਿੱਤੀ ਗਈ ਆ ਜਿਹੜਾ ਮੈਨੂੰ ਲੱਗਦਾ ਕਿ ਬੜੀ ਮੰਦ ਭਾਗੀ ਇਸ ਤਰ੍ਹਾਂ ਦੀ ਇੰਟਰਪ੍ਰਟੇਸ਼ਨ ਬਿਕਾਜ਼ ਸਿੱਖ ਤਾਂ ਹਮੇਸ਼ਾ ਹੀ ਸ਼ਾਂਤੀ ਪ੍ਰਸਤ ਔਰ ਸਰਬੱਤ ਦਾ ਭਲਾ ਮੰਨਣ ਵਾਲੀ ਕੌਮ ਹੈ ਨਾ ਕਿ ਲੜਨ ਵਾਲੀ ਕੌਮ ਹੈ ਲੜਾਈ ਲੜੀ ਜ਼ਰੂਰ ਹੈ ਜ਼ੁਲਮ ਦੇ ਅਗੇਂਸਟ ਲੜੀ ਆ ਜਦੋਂ ਵੀ ਲੜੀ ਆ ਜਾਂ ਜ਼ੁਲਮ ਦੇ ਅਗੇਂਸਟ ਲੜੀ ਆ ਤੇ ਜਾਂ ਜਦੋਂ ਇਹਨਾਂ ਨੂੰ ਗੁਲਾਮ ਬਣਾਇਆ ਗਿਆ ਉਦੋਂ ਲੜੀ ਆ ਸਿੱਖਾਂ ਨੇ ਵੈਸੇ ਵੀ ਕਦੇ ਸਿੱਖੀ ਵਿੱਚ ਇਸ ਤਰ੍ਹਾਂ ਦਾ ਕਦੇ ਨਹੀਂ ਹੋਇਆ ਕਿ ਕਿਸੇ ਨਿਹੱਥੇ ਤੇ ਜਾਂ ਕਿਸੇ ਹੋਰ ਤੇ ਕਦੇ ਹਮਲਾ ਕੀਤਾ ਗਿਆ ਹੋਵੇ ਸਗੋਂ ਜਿੱਥੇ ਹਮਲਾ ਹੋਇਆ ਉੱਥੇ ਉਹਦੀ ਡਿਫੈਂਸ ਵਿੱਚ ਉਹਦੇ ਰੱਖਿਆ ਲਈ ਜ਼ਰੂਰ ਖੜੇ ਹੋਏ ਨੇ ਪਰ ਆਪ
इस तरह का बयान मैनू लगता है कि अजकल के जमाने में जो कि दुनिया गल कर रही है शांति की अमन भाईचारे की एक तरीके यूनिवर्सल ब्रदरहुड की गल कर रही है तो उस तरह के हालात जो शांति का पैगाम देने की ज्यादा लोड़ है लोगों में शांत होने की खास तौर पर जी खास तौर पर अपना सा जो यूथ जिस तरह तुरया होया है और उत्थे किन्ना गैंगवार है पंजाब दे विच ड्रग है और उस वक्त गैंगवार ने जिस तरह सिर चुकया होया और नौजवानों च बड़ा जरा ग्लोरीफाई किया जाता हथियारों फिर साढ़े जिहड़े सिंगर ने ऑलरेडी बहुत हालात खराब ने पंजाब के उत्तों जथेदार एक मैं होर क्योंकि समा समाप्ति वाले पासे है मैं प्रभजोत जी मैं एक होर गल कई बार पहला भी छेड़ता हूँ कि पिछे जी दलाई लामा इत्थे आए तिब्बतियां दे गुरु किन्ने क लोग ने तिब्बती सारे वर्ल्ड तो तुसी देख लो साडे प्राइम मिनिस्टर साहब तरसते सी उन्होंने मिलन वास्ते उन्होंने बुला के इन्ना आओ भगत और इत्थे डैसमिन टूटू जिहड़े भी होर बाकी भी कई आगा खान कई होर समुदायों के जो आगू इत्थे आंदे है उन्होंने किन्नी क राज पद्धर दे उत्ते सरकारी तौर दे उत्ते उन्होंने इत्थे आया नू सन्मान मिलदा साडे एक बारी आए अकाल तख्त साहिब जथेदार ज्ञानी गुरबचन सिंह असीं उन्हां नूं मिलणगे एयरपोर्ट दे उत्ते ते दो बंदे उन्हां दे नाल ओह ते उन्हां दा बेटा ते नाले एक दो बंदे होर मैनूं बड़ी हैरानगी होई कि सिख कौम दे श्री अकाल तख्त साहिब दे सर्वोच्च जिहड़े आगू ने ओह इत्थे कनेडा च आए होण किसे नूं पता ही नहीं सरकारां नूं ते की पता लगना सी तो मतलब एड्डी वड्डी एक कौम है दुनिया भर दे विच सिख कौम सिख कौम सिख कौम लेकिन उन्होंने जेडे आगू ने साडे उन्होंने इन्नी कदी अपनी रिस्पैक्ट बनाई नहीं कि विश्व पूरे संसार च किसे जान तो उन्होंने इन्हों भी उही मान सम्मान मिले जेड़ा बाकी कौमों के जेडे मुखी आते उन्होंने मिलता जी जी देखो एक बहुत वड्डी घाट रही है साढ़े जथेदार जेडे बनाए जाते हैं जो भी प्रोसैस है मैं उन्होंने क्रिटिसाइज तो नहीं करता बट उहदे विच सिखी दी सर्वोत्तम लीडरशिप है एक रिलीजियस लीडरशिप है जथेदार होना अकाल तख्त का मैनूं लगदा है कि उहदे किस तरह की परसनैलिटी होनी चाहीदी है जिहदा एक बहुत दुनिया ते इंपैक्ट होवे लोकी इंप्रैस होण के उह बंदा आ रहा उहनूं सुनना उहनूं देखना उह की कहना चाहुंदा पर साढ़े तां उस छोटे जिहे सर्कल तों बाहर नहीं निकलते वर्ल्ड इमेज तां उन्होंने की क्रिएट करना उह इंडिया विच अपना इमेज क्रिएट नहीं कर पाउंदे उस वाए इस तरह के बयान जिहड़े के अक्सर उन्होंने कंट्रोवर्शियल बयान नहीं देने चाहिए उन्होंने सिखी दे सिखी की प्रोजैक्शन जिहड़ी पॉजिटिव प्रोजैक्शन आ वह करके दुनिया नू नाल दसना चाहिए कि सिख कौम बड़ी एक पॉजिटिव ते क्रिएटिव कौम है लोगों की ह्यूमैनिटी के भले लिए काम करती है सरबत के भले लिए काम करती है लंगर ऑर्गनाइज करती है जात पात विश्वास नहीं करती एक विश्वास करती है और शांतमई एक कम्यूनिटी है अब मैं सानू सॉरी बिचे इंटरप्ट कर रहे हैं पर समा समाप्त हो रहा है प्रभजोत जी आप कल भी मेरे ख्याल कोशिश करांगे गल करिए अमरीका दे विच जिहड़े अपने सिख भाईचारे दे लोग है उन्होंने CBS उत्थे जिहड़ा चैनल है CNN टॉप क्लास जिहड़े मीडिया दे चैनल ने उत्थे उत्थे एक फिल्मां बनाईयां डॉक्यूमेंट्रीज बनाईयां ऐडां चलाईयां लखां लखां डॉलर खर्च करके मिलियन ऑफ डॉलर खर्च करके कि सिख कौन ने सिख अमन पसंद ने सरबत दा भला मंगण वाले ने एक पासे ते उहनां दे विचारियां दीआं ओह कंपेन चल रही हैं कि साडी जिहड़ी आइडेंटिटी मिस आइडेंटिटी हुंदी है सिखां ते हमले हुंदे आ उहनां नूं असीं रोक सकीए एक पासे उस कौम दा जिहड़ा जथेदार है जिहड़ा सर्वोच्च लीडर है जो वह यह जी गल करेगा और यदि अगर इंटरप्रिटेशन वर्ल्ड के जाएगी तो बाकी मुल्कों के मतलब कढ़िया जाएगा कि किस तरह की कौम है ये ग्लोरीफाई करती है हथियारों और लाइसेंस हथियार घर घर च रखो तो आई डोंट अंडरस्टैंड कि लोड़ पैगी जथेदार साहब उन्होंने की समझिया नहीं कि अगर इनू इंग्लिश ट्रांसलेट किया जाए उन्होंने बयान तो यदा दूर तक की मतलब जाएगा सो बड़ी चिंता की गल है प्रभजोत जी मेरे को सिर्फ 30 सैकेंड का समा बाकी है प्लीज़ वाइंड अप करो समा समाप्त थे जी। बिल्कुल मैनू मैं पहले ही कहा कि बड़ा मंदभागा बयान है इस तरह का बयान सिख सब का भला मंगण वाली कौम है ना कि खाड़कूवाद वाली कौम है सिखा ने हमेशा दुनिया में शांति लिए अमन अमान लिए भाईचारे लिए काम किया जिथे जिथे दुनिया में कोई दुखांत वापरिया उत्थे जाके सेवा भावना नाल गए ने उत्थे लंगर लाए ने मरीजां दा इलाज किया दवाइयां दित्तियां कैंप दित्ते ने ऑर्गेनाइज किया कि रहने की जगह रहने बसेरे बना
ਦਿੱਤੇ ਨੇ ਉਹ ਹਮੇਸ਼ਾ ਭਲਾ ਮੰਗਣ ਵਾਲੇ ਨੇ, ਸਰਬੱਤ ਦਾ ਭਲਾ ਮੰਗਣ ਵਾਲੇ ਨੇ, ਹਥਿਆਰਬੰਦ ਹੋਣ ਵਾਲੀ ਸਿੱਖ ਕੌਮ ਨਹੀਂ ਹੈ। ਇਹ ਇੱਕ ਗਲਤ ਮੈਸੇਜ ਮੇਰਾ ਖਿਆਲ ਜਾਏਗਾ। ਇਹ ਔਰ ਮੇਰਾ ਖਿਆਲ ਹੈ ਕਿ ਜੀ ਜਥੇਦਾਰ ਸਾਹਿਬ ਨੂੰ ਇਮੀਡੀਏਟਲੀ ਇਹਨੂੰ ਰੈਕਟੀਫਾਈ ਕਰਨਾ ਚਾਹੀਦਾ, ਆਪਣੇ ਬਿਆਨ ਨੂੰ ਕਲੀਅਰ ਕਰਨਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਪ੍ਰਭਜੋਤ ਜੀ, ਕੱਲ ਕਰਦੇ ਹਾਂ ਗੱਲ। ਸਤਿ ਸ਼੍ਰੀ ਅਕਾਲ। ਇਹ ਸਨ ਪ੍ਰਭਜੋਤ ਸਿੰਘ ਹੋਰੀ, ਔਰ ਇੱਥੇ ਸਾਡਾ ਸਮਾਂ ਪ੍ਰੋਗਰਾਮ ਦਾ ਸਮਾਪਤੀ ਵਾਲੇ ਪਾਸੇ ਆ।